ਮੈਂ ਕਿਹਾ ਸਿਆਣੀ ਜੀ ਗੱਲ ਕਰਦੇ ਚੰਗੇ ਨਹੀਂ ਲੱਗਦੇ, ਖੈਰ ਪਰ ਜ਼ਰੂਰੀ ਹੈ ਜੀ। ਪਰ ਮੈਂ ਇੱਕੋ ਗੱਲ ਕਹਿਣਾ ਜੀ, ਚੁੱਪ ਕਰ ਜਾਓ, ਬੜਾ ਬੜਾ ਕੰਬਾ ਸੁਭਾਅ ਚੱਕੀ ਸਭ। ਮੈਂ ਇੱਕੋ ਗੱਲ ਕਹਿਣਾ ਵੀ ਖੁਦ ਤੇ ਭਰੋਸੇ ਦਾ ਹੁਨਰ ਸਿੱਖ ਲਓ, ਖੁਦ ਤੇ ਭਰੋਸੇ ਦਾ ਹੁਨਰ ਸਿੱਖ ਲਓ। ਸਹਾਰੇ ਕਿੰਨੇ ਵੀ ਸੱਚੇ ਕਿਉਂ ਨਾ ਹੁਣ, ਇੱਕ ਨਾ ਇੱਕ ਦਿਨ ਸਾਥ ਛੱਡ ਹੀ ਜਾਂਦੇ। ਜਦੋਂ ਦਾ ਮੈਂ ਇੱਥੇ ਆਇਆ ਫੋਨ ਨੇ ਬੜਾ ਪੰਗਾ ਪਾਇਆ ਹੈ। ਅੱਜ ਤਾਈਂ ਮੈਨੂੰ ਕਿਸੇ ਨੇ ਇੱਥੋਂ ਲੁਧਿਆਣੇ ਤੋਂ ਬਹੁਤ ਘੱਟ ਫੋਨ ਆਉਂਦਾ। ਅੱਜ ਮੈਨੂੰ ਲੱਗਦਾ ਸਾਰੇ ਇਹਨਾਂ ਦੇ ਕੋਚਾਂ ਦਾ, ਸਾਰੇ ਸਾਡੇ ਜਿਹੜੇ ਉਸਤਾਦ ਜੀ ਨੇ ਉਹਨਾਂ ਦਾ ਫੋਨ ਵੱਜਿਆ। ਤਾਂ ਮੈਂ ਫਰੈਂਕਲੀ ਦੱਸਦਾ ਜੀ, ਮੈਂ ਕਿਸੇ ਦੀ ਨਾ ਤਾਂ ਅਸੀਂ ਸੁਣਨ ਵਾਲੇ, ਕਿਉਂਕਿ ਸਾਡੇ ਅਸੀਂ ਭੰਗੜਾ ਪਾਉਂਦੇ ਸੀ, ਸਾਡੇ ਨਾਲ ਵੀ ਧੱਕਾ ਹੁੰਦਾ ਹੁੰਦਾ ਸੀ, ਬਿਲਕੁਲ ਏਦਾਂ ਦਾ ਅਸੀਂ ਸੋਚਿਆ ਨਹੀਂ ਹੈਗਾ। ਤਾਂ ਹੀ ਮੈਂ ਕਹਿਣਾ ਵੀ ਆਪਦੇ ਆਪ 'ਤੇ ਭਰੋਸਾ, ਸੈਲਫ ਕੌਨਫੀਡੈਂਸ ਇੰਨਾ ਤੁਹਾਡੇ 'ਚ ਹੋਣਾ ਚਾਹੀਦਾ ਵੀ ਤੁਸੀਂ ਸ਼ਰਮ ਜਿੱਤੋ ਹਿੱਕ ਦੇ ਜ਼ੋਰ 'ਤੇ, ਜਿੱਤੋ ਸਾਰੀ ਤੁਸੀਂ ਜੱਜ ਹੋ। ਤਾਂ ਏਦਾਂ ਦਾ ਕੰਮ ਨਾ ਕਰਾਇਆ ਕਰੋ, ਇਹਨਾਂ ਗੱਲਾਂ ਕਰਕੇ ਜੱਜ ਇੱਥੇ ਆਉਂਦੇ ਨਹੀਂ, ਇਹਨਾਂ ਗੱਲਾਂ ਕਰਕੇ ਹੀ ਰੌਲਾ ਪੈਂਦਾ। ਹਮੇਸ਼ਾ ਸੱਚ ਦਾ ਸਾਥ ਦਿਓ, ਤਾਂ ਹੀ ਪੇਪਰ ਵਾਲਾ ਦੇਖਦਾ ਜਾਂ ਤੁਹਾਡੀ ਮਿਹਨਤ ਦੇਖਦੀ ਹੈ। ਅਸੀਂ ਇੱਦਾਂ ਦਾ ਕਿਸੇ ਨੇ ਕੁਛ ਨਹੀਂ ਕੀਤਾ, ਸਾਨੂੰ ਸਹੁੰ ਲੱਗੇ ਸਟੇਜ ਦੀ, ਕਿਉਂਕਿ ਸਾਰੇ ਇਸੇ ਕਰਕੇ ਆਏ ਸੀਗੇ ਵੀ ਸਹੁੰ ਪਾ ਕੇ ਆਏ ਸੀ ਕਿ ਸਾਡੇ ਨਾਲ ਧੱਕਾ ਬਹੁਤ ਹੁੰਦਾ ਰਿਹਾ। ਅਤੇ ਦੂਜਾ ਅਸੀਂ ਤਿੰਨ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ, ਤੁਸੀਂ ਵੀ ਸਾਰਿਆਂ ਨਾਲ ਵੱਡੀ ਗੱਲ ਤਾਂ ਹੁੰਦੀ, ਸਾਰੇ ਤੁਸੀਂ ਸਾਰੇ ਜੱਜ ਹੋ, ਅਤੇ ਤਿੰਨੇ ਟੀਮਾਂ ਸੀਗੀਆਂ, ਤਿੰਨਾਂ 'ਚੋਂ ਫਸਟ ਸੈਕਿੰਡ ਥਰਡ ਤਾਂ ਆਉਣਗੇ ਆਉਣਗੇ। ਪਰ ਮੈਂ ਇਹ ਕਹਿਣਾ ਵੀ ਸਾਰੀ ਤੁਸੀਂ ਵਧਾਈ ਦੇ ਪਾਤਰੋਂ, ਬਹੁਤ ਸੋਹਣਾ ਭੰਗੜਾ ਬੜੇ ਚਿਰਾਂ ਬਾਅਦ ਦੇਖਣ ਨੂੰ ਮਿਲਿਆ। ਅਤੇ ਸਭ ਤੋਂ ਵਧਾਈ ਮੈਂ ਤੁਹਾਨੂੰ ਸਾਰੇ, ਇੰਨੀ ਪਿਆਰੀ ਆਡੀਅੰਸ। ਫਰੈਂਕਲੀ ਦੱਸਦਾ ਮੈਂ ਪੰਜਾਬੀ ਯੂਨੀਵਰਸਿਟੀ ਨੂੰ ਬਿਲੋਂਗ ਕਰਦਾ, ਮੈਂ ਉੱਥੇ ਗੁਰਤੇਗ ਬਹਾਦਰ ਹਾਲ 'ਚ ਵੀ ਕਾਫੀ ਵਾਰੀ ਜਾਂਦੀ ਫੈਸਟੀਵਲਸ ਦੇਖੇ ਨੇ। ਇੰਨਾ ਵਧੀਆ ਰਿਸਪੋਂਸ, ਤੁਸੀਂ ਇਕੱਲੀ ਇਕੱਲੀ ਗੱਲ 'ਤੇ ਰਿਸਪੋਂਸ, ਇਕੱਲੀ ਇਕੱਲੀ ਗੱਲ 'ਤੇ ਤਾੜੀ, ਜਿੱਥੇ ਤਾੜੀ ਮਾਰਨ ਵਾਲੀ ਆ ਤਾੜੀ ਮਾਰਦੇ ਹੋ, ਜਿੱਥੇ ਹਾਸਾ ਆਉਂਦਾ ਉੱਥੇ ਹੱਸਦੇ ਹੋ, ਸੱਚੀ ਕਹਿਣਾ ਮੇਰਾ ਸਿਰ ਝੁਕਦਾ ਤੁਹਾਡੇ ਸਾਰਿਆਂ ਸਾਹਮਣੇ। ਕਰੀ ਅੱਬ ਦਿਨ ਹੋ ਕੇ ਤਾੜੀ ਪਲੀਜ਼ ਜ਼ਰੂਰ ਮਾਰਦੇ। ਰੱਬ ਤੁਹਾਡੀ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੇ, ਪਰ ਵਧੀਆ ਵਧੀਆ ਜਿਹੜੀਆਂ ਨੇ, ਗਲਤ ਨਹੀਂ। ਸਾਰੀ ਗਰੰਟੀ ਲੈ ਕੇ ਬਹਿ ਜਾਓ ਵੀ ਹਾਂ ਸਾਰੀ ਗਲਤ ਹੁਣ ਚੱਲ ਜੂਗਾ, ਮੈਂ ਕਹਿੰਦਾ ਕੋਈ ਚੱਕਰ ਨਹੀਂ। ਮੂੰਹ ਜੀਵ ਚੂਰ ਚੱਟਣ ਰੱਖੇ ਤੇ ਅਸੀਂ ਤਿੰਨ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ, ਜਿਹੜੀਆਂ ਇੱਕ ਤਾਂ ਬੋਲੀਆਂ ਬੜੀਆਂ ਵਧੀਆ ਹੋਣੀਆਂ ਚਾਹੀਦੀਆਂ ਨੇ, ਸੱਭਿਆਚਾਰਕ ਹੋਣੀਆਂ ਚਾਹੀਦੀਆਂ ਨੇ। ਮਾੜੀਆਂ ਖੈਰ ਕਿਸੇ ਨੇ ਵੀ ਨਹੀਂ ਪਾਈਆਂ, ਸਾਰੇ ਬੜੇ ਵਧੀਆ ਸਿੰਗਰ ਸੀਗੇ, ਨਾਲ ਰਿਲੇਟ ਕਰਦੀਆਂ ਸੀਗੀਆਂ। ਪਰ ਹਾਂਜੀ ਕਿਹੜੀਆਂ, ਆ ਤਾਂ ਕੋਈ ਬਾਹਲਾ ਔਖਾ ਬੈਠਾ ਵੀ ਇੱਥੇ। ਸਾਰੇ ਓਵਰਆਲ ਪਰਸਨੈਲਿਟੀ ਅਤੇ ਜਿਹੜੀਆਂ ਤੁਹਾਡੀਆਂ ਡਰੈਸਿਸ ਨੇ, ਤੁਹਾਡੀ ਰੀਪ੍ਰਜੈਂਟੇਸ਼ਨ ਕਿੱਦਾਂ ਦੀ ਹੈ, ਤੀਜੀ ਨੰਬਰ ਤੁਹਾਡੀ ਆਪਸ ਦੇ ਵਿੱਚ ਕੋਆਰਡੀਨੇਸ਼ਨ, ਜਿਹੜੀ ਕੈਮਿਸਟਰੀ ਕਿੱਦਾਂ ਦੀ ਹੈ ਸਾਰਿਆਂ ਦੀ, ਉਸ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਿਆ। ਐਫਰਟ ਕੌਣ ਕਰ ਰਿਹਾ, ਜਿਹੜਾ ਟੇਕਨ ਫੋਰ ਗਰੰਟਡ ਲੈ ਰਿਹਾ ਉਹ ਕੌਣ ਹੈ, ਹੈ ਨਾ। ਅਡਟ ਸਾਰੇ ਸਾਰੀ ਤੁਸੀਂ ਜਾਜੋ, ਅਸੀਂ ਆਪਦੇ ਹਿਸਾਬ ਨਾਲ ਸਹੀ ਇੱਥੇ ਹੀ ਖੜੇ ਹਾਂ, ਇਕੱਲੀ ਇਕੱਲੀ ਗੱਲ ਦਾ ਜਵਾਬ ਦੇਣ ਲਈ ਤੁਹਾਡੇ ਲਈ ਤਿਆਰ ਹਾਂ, ਹੈ ਨਾ। ਅਤੇ ਮੈਨੂੰ ਲੱਗਦਾ ਅਸੀਂ ਸਹੀ ਹੋ ਗਏ, ਬਾਕੀ ਕਹਿੰਦੇ ਹੁਣ ਤੁਹਾਡੇ ਸਾਹਮਣੇ ਆਉਣਾ, ਕਹਿੰਦੇ ਨਾਈਆ ਨਾਈਆ ਬਾਲ ਕੱਢੇ, ਕਹਿੰਦੇ ਜੇ ਜਮਾਨਾ ਮੂਹਰੀ ਕਰਨੇ ਹੈ। ਹਾਂਜੀ ਜੱਜਮੈਂਟ ਥੋੜ੍ਹੀ ਜਿਹੀ ਹੁਣ ਸ਼ੁਰੂਆਤ ਕਰਦੇ ਹੋ, ਤੁਸੀਂ ਜਾ ਕੇ ਸੀਟ 'ਤੇ ਹਜੇ ਬਿਰਾਜਮਾਨ ਹੋ। ਥੈਂਕ ਯੂ ਵੈਰੀ ਮੱਚ ਮਿਸਟਰ ਵਿਨੋਦ।